ਸਾਸਰੀ ਗੱਲ ਭਾਈ ਸਾਰਿਆਂ ਨੂੰ ਅੱਜ ਆ ਸਾਡਾ 30 ਹੜ ਵਿਲਡ ਚੈਲੰਜ ਦਾ 29ਵਾਂ ਦਿਨ ਘਰ ਦੇ ਨਾ ਸਵੇਰੇ ਸਵੇਰੇ ਉੱਠਣ ਸਾਰ ਐ ਤਾਂ ਹ ਖੜੇ ਹੁੰਦੇ ਨੇ ਜਿਵੇਂ ਡਿਸਕਵਰੀ ਵਾਲੇ ਨਹੀਂ ਚੀਤੇ ਆ ਜਾਂਦੇ ਉੱਪਰ ਜਾ ਖੜਦੇ ਇਹ ਤਾਂ ਉਹੀ ਗੱਲ ਆ ਵੀ ਜੰਗਲਾਂ ਚ ਸ਼ੇਰਾਂ ਨੂੰ ਡਿਸਕਵਰੀ ਵਾਲੇ ਨਹੀਂ ਜਿਉਣ ਦਿੰਦੇ ਤੇ ਜੁੱਲਿਆਂ ਚ ਸ਼ੇਰਾਂ ਨੂੰ ਰਿਕਵਰੀ ਵਾਲੇ ਪਹੁੰਚ ਗਏ ਜੀ ਗੁਰਤੇਗ ਬਾਦਰ ਮਟਰ ਗੈਰੇਜ ਬਰਨਾਲੇ ਉੱਥੇ ਅਮਨ ਮਿਸਤਰੀ ਨੇ ਮੈਨੂੰ ਸਰਵਿਸਾਂ ਦੱਸਦੇ ਦੱਸਦੇ ਨੇ ਇੱਕ ਸਰਵਿਸ ਹੋਰ ਦੱਸਤੀ ਕਹਿੰਦਾ ਭਾਈ ਕਾਰ ਲਾ ਲਾ ਭੁੱਕੀ ਦਾ ਮਾ ਯਾਰ ਮੈਂ ਖਾਂਦਾ ਨਹੀਂ ਭੁੱਕੀ ਜੇ ਤੂੰ ਕਹਿੰਨਾ ਬਾਲੀ ਵਧੀਆ ਇੱਕ ਕਾਰ ਲਾ ਲੈਣਾ ਕਹ ਜਦੋਂ ਮੈਂ ਕੱਢਿਆ ਕਾਰਜਾ ਜੀ ਅਮਨ ਮੁੜ ਕੇ ਮੂੰਹ ਆਇਆ ਜਾਂ ਕਰੀ ਜਾਵੇ ਜਿਵੇਂ ਪਲਿੱਟ ਲਿੱਟ ਵਾਲੇ ਸੈੱਲ ਦੇਖਦੇ ਹੁੰਦੇ ਅੱਜ ਅਸਲ ਵਿੱਚ ਮੈਂ ਪਵਾਇਆ ਜੀ ਨਵਾਂ ਕੋਕਾ ਦੇ ਮੁੰਦਰੀ ਕੋਈ ਦੇਖ ਨਹੀਂ ਸੀ ਰਿਹਾ ਤਾਂ ਮੇਰੀ ਭੂਆ ਦਾ ਮੁੰਡਾ ਮਿਲਿਆ ਮੈਨੂੰ ਕਹਿੰਦਾ ਕਿਵੇਂ ਆ ਮੈਂ ਕਿਹਾ ਮੈਂ ਤਾਂ ਠੀਕ ਆ ਬਸ ਆ ਕੋਕਾ ਦਾ ਦੁਖੀ ਜਾਂਦਾ ਫਿਰ ਕਹਿੰਦਾ ਕੰਮ ਕਰ ਕਿਵੇਂ ਆ ਮੈਂ ਹਾਂ ਕੋਕਾ ਫਿਰ ਚਲੇ ਗਏ ਜੀ ਆਪਣੇ ਫੇਵਰਟ ਡਿਜ਼ਾਈਨਰ ਏ ਕਲਾਸ ਬਠਿੰਡੇ ਵਾਲਿਆਂ ਕੋਲ ਸਣੀ ਨਾਪ ਲੈਂਦਾ ਲੈਂਦਾ ਨਾ ਕਹਿੰਦਾ ਲੰਬਾਈ ਦੇਖੋ ਬਾਈ ਜੀ ਕੁੜਤੇ ਦੀ ਕਿੰਨੀ ਰੱਖਾ ਗਿਆ ਲੰਬਾਈ ਤਾਂ ਠੀਕ ਐ ਸਣੀ ਆ ਕਾਲਰ ਚ ਬੋਕਰਮ ਹੋ ਜੇ ਸਭ ਤੋਂ ਸਾਈਡ ਤੋਂ ਉਦੋਂ ਫੀਲ ਹੋਇਆ ਜਦੋਂ ਘਰੋਂ ਹੀ ਖਬਰ ਮਿਲੀ ਮੈਨੂੰ ਮੇਰੇ ਦੋਸਤ ਨੇ ਮਸਾਂ ਹੀ ਸੰਭਾਲਿਆ ਘਰੋਂ ਬੀਬੀ ਹੁਣਾਂ ਦਾ ਫੋਨ ਆਇਆ ਕਹਿੰਦੀ ਪੁੱਤ ਅੱਜ ਨਾ ਝੁੱਲ ਸਕਿਆ ਅੱਜ ਵੀਰਵਾਰ ਹੈ ਯਾਰ ਆਪਣੇ ਮੁਲਕ ਦੇ ਵਿੱਚ ਐਨੇ ਬਾਬਿਆਂ ਦੇ ਦੇਣ ਨੇ ਨਾ ਦਾਰੂ ਛੜਾਉਣ ਵਾਲੇ ਮੈਂ ਤਾਂ ਬਾਈ ਕਹਿੰਦਾ ਹੈਟਸ ਆਫ ਸਲੂਟ ਮਾਰਦਾ ਮੈਂ ਐਕਸਰਸਾਈਜ਼ ਡਿਪਾਰਟਮੈਂਟ ਨੂੰ ਜਿਹੜਾ ਇਹ ਜੇ ਮੁਲਕ 'ਚ ਸਰਵਾਈਵ ਕਰੀ ਜਾਂਦਾ ਬਾਈ ਦੀ ਸ਼ਰਾਬੀ ਬੰਦਾ ਜਿੰਨਾ ਮਰਜ਼ੀ ਘਈ ਜਾਵੇ ਦੁੱਧ ਦੁੱਧ ਪੀ ਕੇ ਕੋਈ ਨੀਂਦ ਨਹੀਂ ਆਉਂਦੀ ਆ ਦੇਖ ਲਓ ਕੱਲ ਆਏ ਜੇ ਹਾਲ ਹੋਇਆ ਪਿਆ ਸੀ a^2 b^2 (ab)^2 ਕਦੇ ਇਧਰ ਨੂੰ ਮੁਹ ਕਦੇ ਉਧਰ ਨੂੰ ਮੁਹ ਕਦੇ ਇਧਰ ਨੂੰ ਕਰੇ ਉਧਰ ਨੂੰ ਤੇ ਰਹੀ ਆਜ ਕੀ ਸੈਲਫੀ ਸੈਲਫੀ ਵੀ ਆਇਆ ਜਾ ਹਾਂ ਕਿ ਕਬੱਡੀ ਟੂਰਨਾਮੈਂਟ ਵਾਲੇ ਜਾਲ ਚ ਕੋਈ ਨਿਆਣਾ ਜਾ ਫਸਿਆ ਬੈਠਾ ਹੋਵੇ